ਸਾਧ ਸੰਗਤ ਮੈਂ ਨਾ ਇਹ ਬੰਦੇ ਦੀ ਇੱਕ ਹੋਰ ਗੱਲ ਦੱਸਣ ਲੱਗਾ। ਇਹਨੂੰ ਪੁੱਛਿਓ ਜੀ, ਇਹਨਾਂ ਅੱਤਵਾਦ ਦੇ ਵੇਲੇ ਜੋਧਪੁਰ ਜੇਲ੍ਹ ਚ ਇਹਨੂੰ ਨਾ ਕੈਦ ਹੋਈ ਸੀ, ਉੱਥੇ ਨਾ ਇੱਕ ਐਸੀ ਸਿੰਘ ਸੀ ਇਹਦੇ ਨਾਲ ਰਿਹਾ, ਇਹਦੇ ਕੱਪੜੇ ਵੀ ਧੋਵਾ ਹੁੰਦਾ ਸੀ, ਇਹ ਉਹਦੇ ਕੱਪੜੇ ਧੋਣੇ ਨੇ, ਇਹਨੇ ਉਹਦੇ ਭਾਂਡੇ ਮਾਂਜਣੇ, ਹਰਮਿੰਦਰ ਗਿੱਲ ਨੇ ਉਹਦੇ ਕੱਪੜੇ ਧੋਣੇ, ਨਾਲੇ ਉਹਦੇ ਭਾਂਡੇ ਮਾਂਜਣੇ। ਜੋਧਪੁਰ ਜੇਲ੍ਹ ਦੇ ਵਿੱਚ ਇਹਦੇ ਨਾਲ ਕੈਦੀ ਸੀ ਐਸੀ ਸਿੰਘ ਸੀ, ਮਜਬੀ ਸਿੰਘ, ਇਹਨੂੰ ਪੁੱਛੋ ਕੌਣ ਸੀ, ਇਹਨੂੰ ਪੁੱਛਿਓ ਜੇ ਇਹ ਗੱਲਾਂ ਕਰਦਾ ਸਾਨੂੰ, ਉਹ ਨਾ ਤੂੰ ਤਿੰਨਾਂ ਜੋੜਾ ਤੇਰਾਂ ਜੋੜਾ ਟੋਕਰੀ ਜੋੜਾ ਖੁੱਲੇ ਪੇਰਾਂ ਜੋ ਹੈਗੀ ਗੱਲ ਕਰੀ। ਜਿਹੜੇ ਜਿਹੜੇ ਬੰਦਿਆਂ ਨੂੰ ਇੱਕ ਮਿੰਟ, ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ, ਹੱਥ ਖੜਾ ਕਰਕੇ ਦੱਸੋ ਵੀ ਜੋ ਮੋਰਚੇ ਤੇ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ, ਹੱਥ ਖੜੇ ਕਰਕੇ ਦੱਸੋ, ਡਰੋ ਨਾ। ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਜੋ ਮੋਰਚੇ ਸ਼ਿਕਾਇਤ ਕਰਦਾ ਰਿਹਾ, ਦੱਸੋ ਹੱਥ ਖੜੇ ਕਰਕੇ ਕਰਦਾ ਰਿਹਾ ਨਾ। ਮੈਨੂੰ ਬਾਕੀ ਮੈਨੂੰ ਇਹਦੇ ਪਰਿਵਾਰ ਬਾਰੇ ਵੀ ਪਤਾ ਆ, ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅੰਮ੍ਰਿਤਸਰ ਦਾ ਇੱਕ ਜਿਮ ਦਾ ਮਾਲਕ ਹੀ ਜਿਮ ਵਾਲਾ, ਉਹਦੇ ਨਾਲ ਪਰਿਵਾਰ ਕੀ ਗੁਲ ਖਵਾਉਂਦਾ ਰਿਹਾ। ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ, ਜੇ ਫਿਰ ਪੰਗਾ ਰਹੂ ਫਿਰ ਮੈਂ ਉਹ ਜਿਮ ਵਾਲੇ ਦਾ ਵੀ ਦੱਸ ਦੂ ਵੀ ਜਿਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ। ਕਦੋਂ ਮੇਰੇ ਧੋਣੇ ਖੋਲਦੂ ਇਹਦੇ ਮੈਂ ਪੋਤਰੇ, ਉਹ ਤਾਂ ਸਿੱਧਾ ਹੋ, ਮੈਂ ਵੀ ਜੱਟਾਂ ਦਾ ਪੋਤਿਆ ਭੁੱਲਣਾ ਦਾ ਵੱਡੀ ਸਰਿਆਲੀ ਵਾਲਿਆਂ ਦਾ, ਨਾ ਚੀਜ਼ ਭੁੱਲਣ ਵੀ ਲਾਹੌਰੀਆ ਜੱਟਿਆ, ਤੇਰੇ ਵਾਂਗੂ ਮੈਂ ਕੋਈ ਸੁਨਿਆਰਾ ਨੀ। ਇਹਨੂੰ ਕਿਰਨ ਦਰਗੇ ਨੂੰ ਇੱਥੇ ਲੋਕ ਕਹਿੰਦੇ ਸੁਨਿਆਰਾ, ਆਂਦੇ ਕਿ ਨਹੀਂ, ਆਂਦੇ ਕਿ ਨਹੀਂ, ਜਾ ਤੂੰ ਬੜੀਆਂ ਵਧੀਕੀਆਂ ਕੀਤੀਆਂ, ਬੜੀਆਂ ਗੱਲਾਂ ਕੀਤੀਆਂ, ਆ ਜੱਟ ਤੈਨੂੰ ਲੜਕਾਰਦਾ ਜਿੱਥੇ ਵੇਖਣਾ ਉਹ ਵੇਖ ਲਈ। ਮੈਂ ਡਰਦਾ ਇੱਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਤੋਂ, ਮੈਂ 2 ਸਾਲ ਚੁੱਪ ਕੀਤਾ ਰਿਹਾ, ਮੈਨੂੰ ਇਹ ਹੀ ਮੇਰੇ ਕੋਲ ਤਾਕਤ ਆ, ਮੈਂ ਸਰਕਾਰ ਦੇ ਵਿੱਚ ਆ, ਮੈਂ ਮਾੜਾ ਨਹੀਂ ਬੋਲਣਾ। ਪਰ ਜਦੋਂ ਕਹਿੰਦੇ ਆ ਨਾ ਬੰਦਾ ਵਾਧਾ ਜਾਵੇ ਤੇ ਉਹਨੂੰ ਚੁੱਪ ਕਰਾਉਣ ਲਈ ਫਿਰ ਉਹਦਾ ਜਵਾਬ ਦੇਣਾ ਪੈਂਦਾ, ਜਾਂ ਜਿੱਥੇ ਮਰਜ਼ੀ ਵੇਲੀ ਮੈਣੀ ਕੱਤੋਂ ਡਰਦਾ। ਜਿਹੜਾ ਤੂੰ ਕਹਿੰਦਾ ਨਾ ਵੀ ਮੈਂ ਅੱਤਵਾਦੀ ਆ, ਵੇਖੀ ਤੇਰਾ ਅੱਤਵਾਦੀ ਪੁਰਾ ਮੈਂ ਕਿਵੇਂ ਠੀਕ ਕਰਦਾ। ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ MLA ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ। ਉਹਦੇ ਵਿੱਚ ਮੇਰੇ ਭਰਾ ਨੇ, ਬਰਾਦਰੀਆਂ ਜਿੰਨੀਆਂ ਵੀ ਆ ਉਹ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਹੈ, ਅਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ MLA ਹਰਮਿੰਦਰ ਸਿੰਘ ਗਿੱਲ ਨੂੰ ਕਹੀ, ਕਿਸੇ ਬਰਾਦਰੀ ਨੂੰ ਨਹੀਂ ਕਹੀ। ਅਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਿਹਾ, ਤਾਂ ਮੈਂ ਸਿਰ ਨਵਾ ਕੇ ਮਾਫ਼ੀ ਮੰਗਦਾ। ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਣ ਦਾ। ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ MLA ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ, ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ। ਅਤੇ ਅਸਲ 'ਚ ਇਹਨੂੰ ਪੱਟੀ 'ਚ ਇੱਦਾਂ ਕਹਿੰਦੇ ਆ, ਤਾਂ ਮੇਰੇ ਕੋਲ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ, ਪਰ ਮੈਂ ਫਿਰ ਹੱਥ ਜੋੜ ਕੇ ਮਾਫ਼ੀ ਮੰਗਦਾ ਆਪਣੇ ਭਰਾਵਾਂ ਤੋਂ, SC ਬਰਾਦਰੀਆਂ, BC ਬਰਾਦਰੀਆਂ, ਜਨਰਲ ਬਰਾਦਰੀਆਂ, ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ, ਲੋਕ ਨੇ,
ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ। ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਅੱਗੇ ਸਿਰ ਨਵਾਉਣਾ ਤੇ ਮਾਫੀ ਮੰਗਦਾ। ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ, ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਧੰਨਵਾਦ ਜੀ।